ਵੈਲਕਮ ਬੈਕ ਟੂ ਪੰਜਾਬੀ ਫੂਡ ਵਿਦ ਗੀਤਾ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੀਜ਼ਾ ਬਣਾਉਣਾ ਦੱਸਾਂਗੇ, ਹੋਮਮੇਡ ਪੀਜ਼ਾ। ਦੇਖੋ ਕਿੰਨਾ ਸੋਹਣਾ ਮੈਂ ਬਣਾਇਆ ਪੀਜ਼ਾ, ਤੁਸੀਂ ਵੀ ਆਪਣੇ ਘਰ ਦੇ ਵਿੱਚ ਬਣਾਉਣ ਦੀ ਟਰਾਈ ਕਰਨੀ। ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਆਪਾਂ ਹੋਮਮੇਡ ਪੀਜ਼ਾ ਕਿਸ ਤਰ੍ਹਾਂ ਬਣਾ ਸਕਦੇ ਹਾਂ। ਪੀਜ਼ਾ ਬਣਾਉਣ ਵਾਸਤੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਤੁਸੀਂ ਦੇਖ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਆਟਾ ਗੁੰਨਿਆ ਸੀ, ਮੈਦਾ ਲੈ ਕੇ ਇੱਕ ਕੌਲੀ ਮੈਦਾ ਲੈ ਕੇ ਅਤੇ 8 ਤੋਂ 9 ਘੰਟੇ ਵਾਸਤੇ ਉਹਨੂੰ ਗੁੰਨ ਕੇ ਰੱਖ ਦਿੱਤਾ। ਅਤੇ ਬਹੁਤ ਦੇਖੋ ਕਿੰਨਾ ਬਣਿਆ ਹੈ, ਫੁੱਲ ਗਿਆ ਚੰਗੀ ਤਰ੍ਹਾਂ। ਰਾਤੀ ਮੈਂ ਗੁੰਨ ਕੇ ਰੱਖਿਆ ਸੀ ਅਤੇ ਇੱਕ ਅੱਧਾ ਪੈਕੇਟ ਜੀਸਟ ਦਾ ਪਾਇਆ ਸੀ ਅਤੇ ਇੱਕ ਛੋਟੀ ਕੌਲੀ ਜਿਹੜੀ ਸੀਗੀ ਆਪਣੀ ਮੈਦੇ ਦੀ ਸੀ। ਅਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਚਾਹੀਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹਾਂ। ਇਹਦੇ ਵਿੱਚ ਆਪਾਂ ਲਵਾਂਗੇ ਚੈਡਰ ਚੀਜ਼ ਅਤੇ ਦੂਸਰਾ ਚੀਜ਼ ਜਿਹੜੇ 2 ਤਰ੍ਹਾਂ ਦੇ ਚੀਜ਼ ਆ, ਅਤੇ ਇੱਕ ਸ਼ਿਮਲਾ ਮਿਰਚ, ਗ੍ਰੀਨ ਸ਼ਿਮਲਾ ਮਿਰਚ, ਯੈਲੋ ਸ਼ਿਮਲਾ ਮਿਰਚ, ਅਤੇ ਇੱਕ ਬਨ ਓਨੀਅਨ ਅਤੇ ਬਰੋਕਲੀ। ਸਾਰੀਆਂ ਚੀਜ਼ਾਂ ਨੂੰ ਧੋ ਕੇ ਸਵਾਦ ਕੇ ਚੰਗੀ ਤਰ੍ਹਾਂ ਮੈਂ ਰੱਖ ਕੇ ਕੱਟ ਕੇ ਰੱਖ ਲਿਆ। ਅਤੇ ਇੱਕ ਟਮਾਟਰ, ਇਹਨੂੰ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਪੀਜ਼ਾ ਸੌਸ, ਅਤੇ ਥੋੜ੍ਹਾ ਜਿਹਾ ਮੈਂ ਮੈਦਾ ਲਿਆ ਆ। ਅਤੇ ਉੱਧਰ ਹੁਣ ਮੇਰੇ ਕੋਲ ਟਰੇ ਆ, ਇਹਨੂੰ ਆਪਾਂ ਓਵਨ ਦੇ ਵਿੱਚ ਬਣਾਵਾਂਗੇ ਪੀਜ਼ੇ ਨੂੰ। ਟਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅਤੇ ਹੁਣ ਆਪਾਂ ਥੋੜ੍ਹਾ ਜਿਹਾ ਆਪਾਂ ਆਲ ਪਰਪਸ ਫਲੋਰ ਜਿੰਨਾ ਆਪਾਂ ਮੈਦੇ ਦਾ ਆਟਾ ਗੁੰਨਿਆ ਸੀ ਉਹਨੂੰ ਥੱਲੇ ਲਾ ਕੇ ਥੋੜ੍ਹਾ ਜਿਹਾ ਇਸ ਤਰ੍ਹਾਂ 1 ਚਮਚਾ ਲਾ ਕੇ ਥੱਲੇ ਚੰਗੀ ਤਰ੍ਹਾਂ। ਉਸ ਤੋਂ ਬਾਅਦ ਫਿਰ ਆਪਾਂ ਮੈਦਾ ਜਿਹੜਾ ਇਹਦੇ ਵਿੱਚ ਪਾਵਾਂਗੇ, ਆਟਾ ਜਿਹੜਾ ਗੁੰਨਿਆ ਸੀ। ਇਹ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਿਰਫ 'ਤੇ ਰੱਖ ਕੇ ਹੁਣ ਸੈੱਟ ਕਰਾਂਗੇ। ਇਸ ਤਰ੍ਹਾਂ ਹੱਥਾਂ ਦੀ ਸਹਾਇਤਾ ਦੇ ਨਾਲ ਆਪਾਂ ਸਾਰਾ ਸੈੱਟ ਕਰਾਂਗੇ ਇਹਨੂੰ। ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਂਦੇ ਹਾਂ। ਹੁਣ ਇਹਨੂੰ ਸੈੱਟ ਕਰ ਲਿਆ ਆਟੇ ਨੂੰ ਚੰਗੀ ਤਰ੍ਹਾਂ ਮੈਂ ਟਰੇ ਦੇ ਵਿੱਚ, ਅਤੇ ਹੁਣ ਆਪਾਂ ਇੱਕ ਕਾਂਟੇ ਵਾਲਾ ਚਮਚਾ ਲੈ ਕੇ ਇਸ ਤਰ੍ਹਾਂ ਇਹਦੇ ਵਿੱਚ ਛੇਦ ਕਰਾਂਗੇ, ਤਾਂ ਕਿ ਪੀਜ਼ਾ ਆਪਣਾ ਜਿਹੜਾ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾ ਸਕੇ। ਇਹ ਕਰਨ ਤੋਂ ਬਾਅਦ ਹੁਣ ਆਪਾਂ ਪੀਜ਼ਾ ਸੌਸ ਲਵਾਂਗੇ। ਇਹਦੇ ਉੱਤੇ ਚੰਗੀ ਤਰ੍ਹਾਂ ਸੈੱਟ ਕਰਾਂਗੇ। ਹੁਣ ਪੀਜ਼ਾ ਸੌਸ ਲਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਪਾਵਾਂਗੇ ਮਜ਼ਰੇਲਾ ਅਤੇ ਚੈਡਰ ਚੀਜ਼। ਇਹ 2 ਤਰ੍ਹਾਂ ਦੇ ਚੀਜ਼ ਪਾਉਣ ਦੇ ਨਾਲ ਆਪਣਾ ਪੀਜ਼ਾ ਜਿਹੜਾ ਬਹੁਤ ਹੀ ਵਧੀਆ ਬਣਦਾ। ਉਸ ਤੋਂ ਬਾਅਦ ਫਿਰ ਆਪਾਂ ਦੂਸਰਾ ਚੀਜ਼ ਪਾਵਾਂਗੇ। ਇਹ ਪਾਉਣ ਤੋਂ ਬਾਅਦ ਫਿਰ ਆਪਾਂ ਵੈਜੀਟੇਬਲ ਪਾਵਾਂਗੇ ਜਿਹੜੀ ਕੱਟੀ ਹੋਈ ਹੈ, ਯੈਲੋ ਪੈਪਰ, ਗ੍ਰੀਨ ਪੈਪਰ, ਬਰੋਕਲੀ ਪਾਵਾਂਗੇ ਹੁਣ ਆਪਾਂ। ਉਸ ਤੋਂ ਬਾਅਦ ਫਿਰ ਆਪਾਂ ਓਨੀਅਨ ਪਾਵਾਂਗੇ, ਟਮਾਟਰ ਪਾਵਾਂਗੇ ਬਰੀਕ ਕੱਟੇ ਹੋਏ ਟਮਾਟਰ,
ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਟਮਾਟਰ ਅਤੇ ਪਿਆਜ਼ ਬਰੀਕ ਕੱਟੇ ਹੋਏ। ਇਹ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਫਿਰ ਆਪਾਂ ਲਾਸਟ ਦੇ ਵਿੱਚ ਇੱਕ ਵਾਰੀ ਫਿਰ ਮਜ਼ਰੇਲਾ ਅਤੇ ਚੈਡਰ ਚੀਜ਼ ਪਾਵਾਂਗੇ। ਹੁਣ ਇਹ ਚੀਜ਼ਾਂ ਆਪਣੀਆਂ ਰੈਡੀ ਆ ਸਾਰੀਆਂ ਅਤੇ ਹੁਣ ਉੱਧਰ ਗੈਸ ਨੂੰ ਓਵਨ ਨੂੰ ਚਲਾ ਕੇ ਮੈਂ 350 ਡਿਗਰੀ 'ਤੇ 5 ਮਿੰਟ ਪਹਿਲਾਂ ਰੱਖ ਦਿੱਤਾ ਤਾਂ ਕਿ ਚੰਗੀ ਤਰ੍ਹਾਂ ਇਹ ਗਰਮ ਹੋਵੇ। ਅਤੇ ਹੁਣ ਤੋਂ ਆਪਾਂ ਓਪਨ ਕਰਕੇ ਤੁਸੀਂ ਦੇਖ ਸਕਦੇ ਹਾਂ 5 ਮਿੰਟ ਹੋ ਗਿਆ ਇਹਨੂੰ। ਅਤੇ ਹੁਣ ਆਪਾਂ ਇਹਨੂੰ ਗੈਸ ਦੇ ਵਿੱਚ ਰੱਖ ਕੇ ਓਵਨ ਦੇ 20 ਮਿੰਟ ਵਾਸਤੇ 20 ਤੋਂ 25 ਮਿੰਟ ਵਾਸਤੇ ਇਹਨੂੰ ਪਕਾਵਾਂਗੇ ਅਤੇ ਇੱਕ ਵਾਰੀ ਇਹਨੂੰ ਵਿੱਚੋਂ ਚੈੱਕ ਕਰਾਂਗੇ। ਉਸ ਤੋਂ ਬਾਅਦ ਫਿਰ ਜਦੋਂ ਪੀਜ਼ਾ ਰੈਡੀ ਹੋ ਜਾਊਗਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਸਾਡਾ ਪੀਜ਼ਾ ਹੋਮਮੇਡ ਕਿਸ ਤਰ੍ਹਾਂ ਦਾ ਬਣਿਆ। ਚਲੋ ਹੁਣ ਤੁਹਾਨੂੰ ਦਿਖਾਉਂਦੇ ਹਾਂ। ਪੂਰੇ 25 ਮਿੰਟ ਹੋ ਗਏ ਮੇਰੇ ਪੀਜ਼ੇ ਰੱਖੇ ਨੂੰ ਅਤੇ ਦੇਖੋ ਵਿੱਚੋਂ ਇੱਕ ਵਾਰੀ ਮੈਂ ਚੈੱਕ ਵੀ ਕਰ ਲਿਆ ਸੀ, ਦੇਖੋ ਪੂਰਾ ਥੱਲੇ ਤੱਕ ਐਨ ਪੱਕ ਗਿਆ, ਬਰਾਊਨ ਹੋ ਗਿਆ, ਥੱਲਿਓਂ ਦੇਖਿਆ ਸੀ ਮੈਂ। ਅਤੇ ਹੁਣ ਇਹਨੂੰ ਬਾਹਰ ਕੱਢਦੇ ਹਾਂ ਇਸ ਤਰ੍ਹਾਂ ਗਲਾਵਸ ਦੀ ਸਹਾਇਤਾ ਦੇ ਨਾਲ ਆਪਾਂ ਇਹਨੂੰ ਬਾਹਰ ਕੱਢਾਂਗੇ। ਦੇਖੋ ਗੈਸ ਨੂੰ ਕਰ ਦੇਵਾਂਗੇ ਬੰਦ, ਦੇਖੋ ਕਿੰਨਾ ਵਧੀਆ ਬਣਿਆ ਆ। ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਬਣਾਉਣ ਦੀ ਟਰਾਈ ਕਰਨੀ। ਬਾਕੀ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਵਾਸਤੇ।